ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਇਸ ਵੇਲੇ ਗੱਲ ਚੱਲ ਰਹੀ ਹੈ ਦੋ ਵਿਛੜੇ ਹੋਏ ਯਾਰਾਂ ਦੀ। 47 ਤੋਂ ਵਿਛੜੇ ਯਾਰ 68 ਸਾਲ ਬਾਅਦ ਆਪਸ 'ਚ ਗੱਲ ਕਰ ਰਹੇ ਨੇ। ਕੀ ਆਲਮ ਹੈ? ਪਿੱਛੇ ਬੈਠੇ ਨੇ ਲਾਹੌਰ ਦਾ ਖੋਜੀ ਔਰ ਇਸ ਪਾਸੇ ਬੈਠੇ ਨੇ ਵਸੀਮ ਬਾਈ। ਦੋਵੇਂ ਦੋਸਤ ਜਿਹੜੇ ਨੇ ਆਪਣੇ ਬਚਪਨ ਦੇ ਦੋਸਤ। ਇੱਕ ਯਾਰ ਬੈਠਾ ਈਸਟ ਪੰਜਾਬ 'ਚ, ਇੱਕ ਬੈਠਾ ਵੈਸਟ ਪੰਜਾਬ ਵਿੱਚ, ਇੱਕ ਬੈਠਾ ਅੰਮ੍ਰਿਤਸਰ ਔਰ ਦੂਜਾ ਬੈਠਾ ਚੱਕ 565 ਕਲੰਦਰਾਂ ਵਾਲਾ ਦੇ ਵਿੱਚ ਹੈ। ਟਾਂਗ ਬੜੀ ਰੱਖੀ ਦਾ ਮੇਲੇ ਦਾ, ਮੇਲੇ ਤੇ ਆਉਂਦੇ ਦਾ ਚੱਲ ਹਾਜੀ ਨਾਲ ਵੀ ਕਰਾ ਦਿਓ, ਪੈਸੇ ਥੋੜੇ ਨੇ ਵਿੱਚ। ਕੁਛ ਗੱਲਾਂ ਐਸੀਆਂ ਹੁੰਦੀਆਂ ਨੇ ਜਦੋਂ ਇਨਸਾਨ ਨੂੰ ਸੁਣਦਿਆਂ ਕਹਿੰਦਿਆਂ ਬਹੁਤ ਤਕਲੀਫ਼ ਹੁੰਦੀ ਹੈ। ਮੈਂ ਇਸ ਕੋਲੋਂ ਜ਼ਿਆਦਾ ਕੁਛ ਨਹੀਂ ਕਹਾਂਗਾ। ਇਸ ਵੇਲੇ 68 ਸਾਲ ਤੋਂ ਵਿਛੜੇ ਹੋਏ ਦੋ ਦੋਸਤ ਜਿਹੜੇ ਨੇ ਉਹ ਆਪਸ ਦੇ ਵਿੱਚ ਗੱਲਬਾਤ ਕਰਦੇ ਨੇ। ਹੋਰ ਕੀ ਮਹਿਸੂਸ ਹੁੰਦਾ ਇਸ ਵੇਲੇ ਤੁਸੀਂ ਮੇਰੇ ਨਾਲ ਅਗਰ ਹੁੰਦੇ ਤਾਂ ਫਿਰ ਤੁਹਾਨੂੰ ਪਤਾ ਚੱਲਦਾ ਕਿ ਇਨਸਾਨ ਕੀ ਫੀਲਿੰਗਸ ਕੀ ਹੁੰਦੀਆਂ ਨੇ। ਪੱਕੀ ਜਾਣੇ ਸਾਰੀਆਂ ਸੜਕਾਂ, ਸੜਕਾਂ ਪੱਕੀਆਂ ਨੇ। ਹਾਂਜੀ ਹਾਂਜੀ ਉਹ ਪੱਕੀ ਆ, ਪੱਕੀ ਤੋੜ ਵਿੱਚ ਆਉਂਦੀ ਆ ਪਿੰਡ 'ਚ ਉਹਦਾ ਕੱਲ੍ਹ ਮੇਰੇ ਵੱਲ। ਹੈਲੋ ਹੈਲੋ, ਮੈਂ ਰਜੀਵ ਸਿੰਘ ਤੇਰਾ ਗੁਆਂਢੀ। ਆਹੋ ਸਭ ਸਲਾਮ, ਕੀ ਹਾਲ ਨੇ? ਹੋਰ ਸਲਾਮ ਤਾਂ ਅਸੀਂ ਤਾਂ ਜਾਣਦੇ ਤੋਂ ਗੁਆਂਢੀ ਆ, ਮਲਬਾ ਵੀ ਗੁਆਂਢੀ ਸੀ, ਘਰ ਵੀ ਗੁਆਂਢੀ ਸੀ, ਕੰਧ ਨਾਲ ਕੰਧ ਸੀ। ਹੁਣ ਤੇਰੇ ਮਲਬੇ 'ਚ ਬੈਠ ਖਲੋਤੇ ਹਾਂ, ਬੈਠੇ ਹਾਂ। ਜਿਹੜਾ ਤੇਰਾ ਮੁਰੱਬਾ ਸੀ ਨਾ ਉਹ 'ਚ ਅਸੀਂ ਬੈਠੇ ਹਾਂ। ਉੱਥੇ ਗੱਲਬਾਤ ਹੋਣ ਲਈ ਹੈ ਤੁਹਾਡੇ ਬੂਟੇ ਉਹ ਜਿਹੜੇ ਸਨ ਤੁਹਾਡੇ, ਜਿਹੜੇ ਤੁਹਾਡੇ ਵਟਕਿਆਂ ਦੇ ਜ਼ਮਾਨੇ 'ਤੇ ਸਨ ਨਾ, ਉਹ ਕੋਈ ਨਹੀਂ, ਹੁਣ ਬੂਟਾ ਰਹਿ ਗਿਆ। ਬੜੇ ਬੂਟੇ ਲਾਏ ਸਨ, ਜਾਮਨੂ ਬੜੇ ਸਨ, ਬਾਗ ਲੱਗਿਆ ਸੀ, ਮਰੱਬੇ 'ਚ ਬਾਗ ਹੁੰਦਾ ਸੀ, ਬਾਗ ਟਾਹਲੀਆਂ ਬੜੀ ਬੜੀ ਵੱਡੀਆਂ ਸਨ, ਸ਼ਰੀਰ ਬੜਾ ਵੱਡਾ ਸੀ। ਤੇਰੇ ਬਾਪ ਨੂੰ ਵੀ ਜਾਣਦੇ ਹਾਂ, ਤੇਰੀ ਭੈਣ ਨੂੰ, ਮੈਂ ਦੋਨੋਂ ਵੀ। ਦੂਸਰਾ ਬਲਕਾਰੀ ਸੀ ਛੋਟਾ ਤੇਰਾ ਭਾਈ, ਉਹ ਵੀ ਹੈਗਾ। ਅਤੇ ਮਿੰਦਰੋ ਉਹ ਬਣਿਆ ਸੀ ਨਾ ਬਾਹਰ, ਬਾਹਰ ਖਾਣ ਲੰਘਦਾ ਸੀ ਬਣ ਬਾਬੇ ਫੱਲੇ ਦਾ, ਉੱਥੇ ਬਹਿੰਦੇ ਰਹੇ ਹਾਂ, ਬਣ ਬਣ ਥੱਲੇ ਖੇਡਦੇ ਰਹੇ ਹਾਂ ਡੰਡ ਪਲਾਮ। ਹਾਂ ਨਾਮ ਯਾਦ ਆ, ਬਣ ਬਣ ਵੀ ਇੱਥੇ ਖਾਲ ਵੀ ਲੱਗਦਾ ਅਤੇ ਭੱਠੀਆਂ ਨੂੰ ਪਾਣੀ ਜਾਂਦਾ ਸੀ, ਉੱਥੇ ਡੂੰਬਰ 'ਚ ਨਹਾਉਂਦੇ ਰਹੇ ਹਾਂ, ਅਮ੍ਰਿਤਸਰ ਵਾਲੇ ਜਿਹੜੇ ਨੇ ਉਹਨਾਂ ਨਾਲ ਗੱਲ ਕਰ ਰਹੇ ਨੇ। ਚੱਕ 565 ਕਲੰਦਰਾਂ ਵਾਲਾ 12 ਮੀਲ ਦੇ ਫਾਸਲੇ, 12 ਕਿਲੋਮੀਟਰ ਦੇ ਫਾਸਲੇ ਤੇ ਹੈ ਨਨਕਾਣਾ ਸਾਹਿਬ ਤੋਂ। ਸਾਡੇ ਲਾਲਪੁਰੀ ਜ਼ਿਲ੍ਹਾ ਸੀ ਤੇ ਜਿਹੜਾ ਤਹਿਸੀਲ ਸੀ, ਅਜੇ ਵੀ ਉਹ ਹੀ। ਮੈਂ ਤੁਹਾਡਾ ਆਪਣਾ ਹੋਸਟ, ਅਜੇ ਵੀ ਉਹ ਹੀ ਹੈ। ਸਾਰਾ ਸਿੱਖ ਪੀਰੀਅਡ ਫੁੱਟਸਟੈਪਸ ਸੈਯਦ ਮੁਸਤਫਾ ਨੂੰ ਜਾਣਦੇ ਹੁੰਦੇ ਸੋ,
ਤੁਸੀਂ ਸੈਯਦ ਮੁਸਤਫਾ ਨੂੰ ਜਾਣਦਾ ਸੈਂ? ਉਸ ਹੱਥ ਚੋਂ ਨਹੀਂ ਆਉਂਦੇ ਰਹੇ ਨੇ ਪੀਰ ਉਂਝੋ ਇੱਥੇ ਉਹਨਾਂ ਦੇ ਹੁੰਦਿਆਂ ਸਾਡੇ ਹੋਰ ਸਾਰੀ ਖੈਰ ਹੈ ਖੈਰ ਹੈ ਖੈਰ ਆਪਣੇ ਗੁਰਦੁਆਰੇ ਨਨਕਾਣਾ ਸਾਹਿਬ ਆਓ ਨਾ ਬਾਬੇ ਨਾਨਕ ਕੋਲ ਮਿਹਰਬਾਨ ਜੇ ਤੁਹਾਨੂੰ ਆਣ ਕੇ ਅਸੀਂ ਉੱਥੇ ਵੀ ਲੈ ਆਵਾਂਗੇ ਕਿਤੇ ਸਵਾਬਨ ਆਵੇ ਜ਼ਿੰਦਗੀ ਚੱਲ ਕੀ ਪਤਾ ਮਿਲਾਂਗੇ ਤੈਨੂੰ ਹਾਂ ਕੁਦਰਤ ਦੇ ਵਾਸ ਹੈ ਆਹੋ ਵਟਕੇ ਤੇ ਸਾਰੇ ਨਿਭ ਗਏ ਦੇ ਨੇ ਸਾਰੇ ਬਹੁਤ ਹੋ ਗਏ ਦੇ ਨੇ ਨਾਲ ਉਹ ਹੀ ਮੁਰੱਬੇ ਨੇ ਨਾਲ ਬਾਬੇ ਮਾਈ ਕਾ ਮੁਰੱਬਾ ਮੰਮੂ ਕਿਆ ਦਾ ਮੁਰੱਬਾ ਹਾਜੀਆਂ ਦਾ ਨਾਲ ਮੁਰੱਬਾ ਸਾਰੇ ਇਕੱਠੇ ਆਹੋ ਹਾਜੀਆਂ ਦਾ ਘਰ ਵੀ ਨਾਲ ਇਕੱਠਾ ਆ ਬਾਬੇ ਮਾਈ ਦਾ ਵੀ ਬਾਬੇ ਫੱਲਾ ਮੈਂ ਫੱਲੇ ਦਾ ਪੋਤਰਾ ਅਲਾ ਦੇਤ ਦਾ ਮੁੰਡਾ ਮੇਰੇ ਵਾਲਦ ਨਾਲ ਅਲਾ ਦੇਤ ਅੱਲਾ ਰੱਖਾ ਸਰਦਾਰ ਤਰੇ ਭਰਾ ਸਨ ਆਹੋ ਕਿ ਸਰਦਾਰ ਅਲਾਦਿਤ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਦੇਖਦੇ ਰਹੋ ਆਹੋ ਜੀ ਸਪਿਰਿਟ ਫੁੱਟਸਟੈਪਸ ਇਨ ਪਾਕਿਸਤਾਨ ਕੋਰੇ ਸੱਚ 47 ਦੇ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਹਾਜੀਆਂ ਦਾ ਮੁਰੱਬਾ ਵੀ ਨਾਲ ਲੱਗਦਾ ਸੀ ਮੰਮੂ ਦਾ ਵੀ ਨਾਲ ਲੱਗਦਾ ਸੀ ਬਾਬੇ ਮਾਈ ਦਾ ਨਾਲ ਲੱਗਦਾ ਸੀ ਬਾਬੇ ਫਲੇ ਦਾ ਨਾਲ ਲੱਗਦਾ ਸੀ ਚਾਰ ਮੁਰੱਬੇ ਨਾਲ ਲੱਗਦੇ ਸਨ ਹਾਂ ਆਹੋ ਹਾਂ ਸਰਾਜ ਆ ਜੀ ਦੋ ਮੁੰਡੇ ਸੀ ਉਹਦਾ ਸ਼ੁਕਰਦੀਨ ਅਤੇ ਮੁਹੰਮਦੀਨ ਸ਼ੁਕਰਦੀਨ ਵੱਡਾ ਵਸੀ ਮੁਹੰਮਦੀਨ ਅਤੇ ਛੋਟਾ ਸ਼ੁਕਰਦੀਨ ਆ ਬਾਬੇ ਮਾਈ ਕਹਿ ਜੂ ਬਾਬੇ ਮਾਈ ਕਹਿ ਜੂ ਬਾਬਾ ਬਾਨਾ ਬਾਨਾ